ਲਓ ਜੀ, ਅੱਜ ਸਾਡੇ ਘਰ ਲੱਗ ਰਿਹਾ ਹੈ ਗੀਜ਼ਰ। ਇਹ 25 ਲੀਟਰ ਦਾ ਗੀਜ਼ਰ ਆ ਜਿਹੜਾ ਆਪਾਂ ਲਵਾਉਣ ਲੱਗੇ ਹਾਂ। ਮੇਰਾ ਖਿਆਲ ਰੇਟਿੰਗ ਵੀ ਇਹਦੀ 5 ਸਟਾਰ ਆ। ਹਾਂ, 5 ਸਟਾਰ ਰੇਟਿੰਗ ਆ। ਲਓ ਜੀ, ਆਹ ਵਾ ਆਪਣਾ ਗੀਜ਼ਰ, ਠੀਕ ਆ ਜੀ। ਅੱਜ ਆਪਾਂ ਸਾਰੀ ਦਿਹਾੜੀ 'ਚ ਜੋ ਜੋ ਹੋਇਆ ਉਹ ਦਿਖਾਉਣਾ। ਬਹੁਤ ਕੰਮ ਹੋਏ ਨੇ ਅੱਜ ਸਾਰੀ ਦਿਹਾੜੀ 'ਚ। ਪਹਿਲਾਂ ਤਾਂ ਲੱਗ ਗਿਆ ਗੀਜ਼ਰ ਆਪਣੇ, ਫਿਰ ਗੱਡੀ 'ਚ ਪਵਾਇਆ ਤੇਲ, ਫਿਰ ਅਸੀਂ ਚਲੇ ਗਏ। ਆਹ ਪੈ ਗਿਆ ਹੁਣ ਸਾਡਾ ਤੇਲ। ਚਲੋ ਬਈ, ਚੱਲੀਏ ਫਿਰ। ਲਓ ਜੀ, ਫਿਰ ਅਸੀਂ ਗਏ ਇੱਕ ਜੰਝ ਘਰ ਦੇਖਣ। ਮੈਰਿਜ ਪੈਲਸ ਦੇਖਣ ਗਏ। ਬਹੁਤ ਸੋਹਣਾ ਮੈਰਿਜ ਪੈਲਸ ਬਣਿਆ ਸੀਗਾ। ਬੰਦੇ ਨੇ, ਆੜੀ ਨੇ ਕਿਹਾ ਸੀ, ਕਹਿੰਦਾ ਥੋੜ੍ਹੀ ਜਿਹੀ ਵੀਡੀਓ ਬਣਾ ਕੇ ਲੈ ਕੇ ਜਾਈ ਮੇਰੇ ਮੈਰਿਜ ਪੈਲਸ 'ਚ ਆ ਕੇ। ਫਿਰ ਮੈਂ ਉਹਦੇ ਪੈਲਸ 'ਚ ਗਿਆ, ਥੋੜ੍ਹੀ ਵੀਡੀਓ ਬਣਾਈ। ਅਸੀਂ ਘੋੜਾ ਦੇਖਿਆ, ਬਹੁਤ ਸੋਹਣਾ ਜੱਚਦਾ ਸੀਗਾ ਉੜਨੇ ਵਾਲਾ ਘੋੜਾ। ਫਿਲਮਾਂ 'ਚ ਤਾਂ ਦੇਖਿਆ ਸੀਗਾ, ਅਸਲੀਅਤ 'ਚ ਵੀ ਅਸੀਂ ਫੋਟੋ ਦੇਖੀ ਉਹਦੀ। ਦੇਖੋ ਕਿੰਨਾ ਸੋਹਣਾ ਲੱਗਦਾ ਸੋਨੇ ਦਾ ਘੋੜਾ, ਠੀਕ ਆ ਜੀ। ਅਤੇ ਫਿਰ ਅਸੀਂ ਆਲੇ ਦੁਆਲੇ ਦੀਆਂ ਵੀਡੀਓ ਬਣਾਉਣ ਤੋਂ ਬਾਅਦ ਅਸੀਂ ਸੋਚਿਆ ਵੀ ਅੱਜ ਕੁ ਖਾ ਪੀ ਕੇ ਆਈਏ। ਫਿਰ ਅਸੀਂ ਨਿਕਲ ਗਏ ਰਾਜੇ ਢਾਬੇ ਕੰਨੀ ਨੂੰ, ਠੀਕ ਆ ਜੀ। ਲਓ ਜੀ, ਆ ਗਿਆ ਹੁਣ ਰਾਜਾ ਢਾਬਾ। ਰਾਜਾ ਢਾਬਾ ਜਾਂਦੇ ਹੀ ਪਹਿਲਾਂ ਵੜਦੇ ਹੀ ਅਸੀਂ ਦੇਖ, ਸਾਡੀ ਨਿਗਾਹ ਪਈ ਸਾਹਮਣੇ ਪਲੇਟਾਂ 'ਤੇ। ਫਿਰ ਅਸੀਂ ਦੇਖੀਆਂ ਪਲੇਟਾਂ ਪਈਆਂ, ਪਲੇਟਾਂ ਦੇ ਰੇਟ ਪੁੱਛ ਕੇ ਅਸੀਂ ਤਾਂ ਹੈਰਾਨ ਹੋ ਗਏ। ਬਾਕੀ ਮੇਰੇ ਕੋਲ ਤਾਂ ਪਈਆਂ ਵੀ ਨੇ, ਆਹ ਜਿਹੜੀ ਇਹ ਵਾਲੀ ਪਲੇਟ ਆ ਇਹ ਆ 350 ਰੁਪਏ ਦੀ, ਠੀਕ ਆ ਜੀ। ਅਤੇ ਹੋਰ ਵੀ ਰੇਟ ਪੁੱਛ, ਇੱਕ 350 ਦੀ ਹੋਰ ਵੀ ਪੁੱਛੇ ਸੀਗੇ। ਅਤੇ ਪਰ ਮੇਰੇ ਕੋਲ ਤਾਂ ਪਈਆਂ ਨੇ ਬਹੁਤ, ਸਾਨੂੰ ਤਾਂ ਮਿਲ ਜਾਂਦੇ ਆ। ਅਤੇ ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਕਰੋਕਰੀ ਸੀ, ਠੀਕ ਆ ਜੀ। ਫਿਰ ਅਸੀਂ ਪੀਤੀ ਲੱਸੀ, ਅਤੇ ਫਿਰ ਅਸੀਂ ਕਿਹਾ ਚਲੋ ਥੋੜ੍ਹਾ ਥੋੜ੍ਹਾ ਖਾਣਾ ਖਾਂਦੇ ਹਾਂ। ਫਿਰ ਆ ਰਾਜਾ ਢਾਬਾ ਨੇ ਹੁਣ ਦੇਖੋ ਆਪਣੀ ਬੋਤਲ ਵੀ ਕੱਢਤੀ ਪਾਣੀ ਦੀ। ਫਿਰ ਅਸੀਂ ਥੋੜ੍ਹਾ ਥੋੜ੍ਹਾ ਖਾਣਾ ਮੰਗਾਇਆ। ਫਿਰ ਨੈਣਾ ਕਹਿੰਦੀ ਮੈਂ ਆਈਸਕ੍ਰੀਮ ਖਾਣੀ ਆ, ਨੈਣਾ ਨੇ ਆਈਸਕ੍ਰੀਮ ਲਈ। ਫਿਰ ਅਸੀਂ ਇੱਥੋਂ ਹਵਾ ਨਿਕਲਦੀ ਦੇਖੀ, ਦੇਖੋ ਧੂੰਆਂ ਨਿਕਲ ਰਿਹਾ। ਫਿਰ ਅਸੀਂ ਆਪਣੀ ਨੈਣਾ ਆਈਸਕ੍ਰੀਮ ਖਾਂਦੀ ਆ। ਫਿਰ ਅਸੀਂ ਆਪਣਾ ਆਰਾਮ ਨਾਲ ਜਾ ਕੇ ਗੱਡੀ 'ਚ ਬੈਠਦੇ ਹਾਂ। ਬਾਹਰ ਗਰਮੀ ਬਹੁਤ ਸੀਗੀ, ਅਤੇ ਫਿਰ ਅਸੀਂ ਥੋੜ੍ਹਾ ਜਿਹਾ ਰਾਜਾ ਢਾਬਾ ਘੁੰਮੇ। ਘੁੰਮਣ ਤੋਂ ਬਾਅਦ ਅਸੀਂ ਆਪਣਾ ਬੈਠੇ ਗੱਡੀ 'ਚ। ਫਿਰ ਅਸੀਂ ਆ ਕੇ ਘਰੇ, ਘਰੇ ਆ ਕੇ ਅਸੀਂ ਸਾਂਝੀ ਮਾਤਾ ਲਾਈ। ਦੇਖੋ ਸਾਂਝੀ ਮਾਤਾ, ਜੈ ਮਾਤਾ ਦੀ। ਇਹ ਆ ਮੇਰਾ ਮੰਦਰ। ਲਓ ਜੀ, ਅਸੀਂ ਸਾਂਝੀ ਮਾਤਾ ਲਾਈ ਆ। ਦੇਖੋ ਸੋਹਣੀ ਲੱਗਦੀ ਆ। ਦੇਖੋ ਇਹ ਤਾਰੇ ਲਾ ਰਹੇ ਹਾਂ। ਅਤੇ ਫਿਰ ਅਸੀਂ ਗਏ ਐਪਲ ਫੋਨ ਦੇਖਣ, ਐਪਲ ਆਈਫੋਨ 15 ਪਲੱਸ। ਅਤੇ ਉੱਥੇ ਬੰਦਾ ਹੈ ਨਹੀਂ ਸੀ। ਫਿਰ ਅਸੀਂ ਵਾਪਸ ਆ ਗਏ। ਫਿਰ ਅਸੀਂ ਗਏ, ਫਿਰ ਅਸੀਂ
ਥੋੜ੍ਹਾ ਜਿਹਾ ਹੋਰ ਆਲੇ ਦੁਆਲੇ ਘੁੰਮੇ। ਫਿਰ ਕਿਸੇ ਦਾ ਫੋਨ ਆਇਆ, ਮੇਰੇ ਯਾਰ ਦੋਸਤ ਦਾ, ਉਹਦੀ ਮੰਮੀ ਪੂਰੀ ਹੋ ਗਈ। ਅਤੇ ਫਿਰ ਅਸੀਂ ਸੋਚਿਆ ਵੀ ਹੁਣ ਉੱਧਰ ਨੂੰ ਚੱਲਦੇ ਹਾਂ, ਅਤੇ ਬਾਕੀ ਵੀਡੀਓ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ। ਅਤੇ ਬਾਕੀ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ। ਲਓ ਜੀ, ਅਸੀਂ ਸੜਕ 'ਤੇ ਗੱਲਾਂ ਗੁੱਲਾਂ ਕਰਦੇ ਕਰਾਉਂਦੇ ਆਪਣਾ ਘਰ ਕੰਨੀ ਨੂੰ ਆ ਰਹੇ ਹਾਂ। ਦੇਖੋ ਸਾਡੇ ਸ਼ਹਿਰ 'ਚ ਸੜਕਾਂ ਕਿੰਨੀਆਂ ਸਾਫ਼ ਸੁਥਰੀਆਂ ਨੇ। ਫਿਰ ਅਸੀਂ ਸੋਚਿਆ ਚਲੋ ਥੋੜ੍ਹੀ ਸਬਜ਼ੀ ਲਿੱਤੀ ਜਾਵੇ। ਫਿਰ ਅਸੀਂ ਸਬਜ਼ੀ ਲੈਣ ਲਈ ਰੁਕੇ। ਸਬਜ਼ੀ ਲੈ ਲੂ ਕੇ ਅਸੀਂ ਆਲੂ ਲੈ ਲਏ, ਗਾਜਰਾਂ ਲੈ ਲਈਆਂ। ਫਿਰ ਅਸੀਂ ਆਪਣਾ ਘਰ ਨੂੰ ਲਓ ਜੀ ਉਰੇ ਆਏ ਹੋਏ ਹਾਂ ਆਪਾਂ। ਮੇਰੇ ਯਾਰ ਦੋਸਤ ਦੀ ਮਾਂ ਪੂਰੀ ਹੋ ਗਈ ਸੀ, ਉੱਥੇ ਆਏ ਹੋਏ ਹਾਂ। ਇਸ ਘਰ 'ਚ ਇਹਨਾਂ ਦੀ ਬੈਕ ਸਾਈਡ ਆ, ਦੇਖੋ ਕਿੰਨੀ ਸੋਹਣੀ ਬਣਾਈ ਹੋਈ ਆ, ਪਾਰਕ ਪੂਰਕ ਲਾਈ ਹੋਈ ਆ। ਉਹ ਪਪੀਤੇ ਵੀ ਲੱਗੇ ਹੋਏ ਨੇ ਇਹਨਾਂ ਦੇ। ਇਹ ਕੋਠੀ ਹੈ ਇਹਨਾਂ ਦੀ। ਕਿੱਧਰ ਗਈ? ਚਲੋ ਅੰਦਰ ਮੈਂ ਦਿਖਾ ਨਹੀਂ ਸਕਦਾ, ਬੰਦੇ ਬੈਠੇ ਨੇ। ਠੀਕ ਆ, ਹੁਣ ਅਸੀਂ ਡਾਇਰੈਕਟ ਆਏਂਗੇ ਭੋਗ 'ਤੇ। ਆਹ ਦੇਖੋ ਸਾਂਝੀ ਮਾਤਾ ਕਿਹੋ ਜਿਹੀ ਲਾਈ ਹੈ ਯਾਰ, ਕਿੰਨੀ ਸੋਹਣੀ ਉਹਨੇ ਨਾ। ਲਓ ਜੀ ਇੱਥੇ ਆ ਅਸੀਂ ਸ਼ੋਪ 'ਚ। ਪੁੱਛਿਆ ਹੈ ਕਹਿੰਦੇ ਅੱਗੇ ਆ ਕਿਤੇ, ਹੁਣ ਅੱਗੇ ਦੇਖਦੇ ਹਾਂ। ਨੋਵੇ ਭੀੜੇ ਬਹੁਤ ਆ। ਹਾਏ 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 ਹਾਏ, ਬਹੁਤ ਭੀੜ ਆ ਉਰੇ। ਲਓ ਜੀ ਦੇਖੋ ਕਿੰਨੀਆਂ ਡੌਲਾਂ ਪਈਆਂ। ਨਾ ਨਾ ਉਰੇ ਹੋ ਜਾਵੇ ਡੌਲਾਂ 'ਚ। ਦੇਖੋ ਕਿੰਨੀਆਂ ਡੌਲਾਂ ਪਈਆਂ। ਲਓ ਜੀ ਹੁਣ ਪੀਣ ਲੱਗੇ ਹਾਂ ਅਸੀਂ ਜੂਸ। ਨੈਨਾ ਨੇ ਸ਼ੋਪਿੰਗ ਕਰੀ ਆ, ਸ਼ੂਜ਼ ਲੈ ਨੇ, ਬੂਟ ਦਿਖਾਓ ਜੀ। ਐਡੀਡਾਸ ਦੇ ਬੂਟ ਲੈਣੇ, ਉਹ ਬੂਟ ਦਾ ਦਿਖਾ ਬੇਟਾ। ਆ ਦੇਖੋ
ਇਹ ਦੇਖੋ ਆਹ ਦੇਖੋ ਦੇਖੋ ਐਡੀ ਰਾਤ ਦੇ ਬੂਟ ਲਏ ਨੇ ਇਹਨੇ ਤੇ ਇੱਕ ਪੈਂਟ ਲਈ ਆਏ ਨੇ ਇੱਕ ਸ਼ਰਟ ਲਈ ਆਏ ਲੁਧਿਆਣੇ ਮਾਲ ਚੋਂ ਲੈ ਕੇ ਆਏ ਹਾਂ ਅਸੀਂ ਲਓ ਜੀ ਆਪਾਂ ਆਏ ਹਾਂ ਪਟਾਕੇ ਹੀ ਪਟਾਕੇ ਇੱਥੋਂ ਫੈਕਟਰੀ ਚੋਂ ਪਟਾਕੇ ਲੈਣ ਅਗਰ ਮਨ ਚ ਪਟਾਕੇ ਹੀ ਪਟਾਕੇ ਨੇ ਇਹ ਦੇ ਲੋ ਆਈਸਕ੍ਰੀਮ ਖਾਣੀ ਨਹੀਂ ਭੁੱਲਦੀ ਕਿਹੜੀ ਲਈ ਆ ਦਿਖਾਈ ਉਧਰ ਦੇਖੋ ਲੱਸੀ ਪੀਣ ਲੱਗੀ ਲਓ ਜੀ ਦੀਵਾਲੀ ਦੀ ਸ਼ੋਪਿੰਗ ਆਪਾਂ ਕਰੇ ਆਏ ਵੈਸੇ ਇੱਕੋ ਦਿਖਾਉਣਾ ਤੁਹਾਨੂੰ ਸਮਾਨ ਹੋਰ ਵੀ ਬਹੁਤ ਆ ਉੱਧਰ ਪਿਆ ਆਹ ਦੇਖੋ ਡੱਬੇ ਮੈਂ ਤਿੰਨ ਚਾਰ ਤਾਂ ਅਨਾਰਾਂ ਦੇ ਲਿਆਇਆ ਆਹ ਦੇਖੋ ਦੋ ਆ ਪੈਨ ਇੱਕ ਆ ਫੁੱਲ ਝੜੀ ਦਾ ਬੜਾ ਲਿਆਇਆ ਕਲਰ ਫੁੱਲ ਝੜੀ ਅਤੇ ਇਹ ਤਿੰਨ ਅਤੇ ਇੱਕ ਚਾਰ ਚਾਰ ਡੱਬੇ ਲਿਆ ਅਨਾਰਾਂ ਦੇ ਠੀਕ ਆ ਜੀ ਆਹ ਪਟਾਕਾ ਫੈਕਟਰੀ ਤੋਂ ਆਹ ਦੇਖੋ ਆਹ ਪਟਾਕਾ ਫੈਕਟਰੀ ਤੋਂ ਆਹ ਲਿਆਇਆ ਚਾਰ ਪੈਕਟ ਆਹ ਬੜੇ ਮਹਿੰਗੇ ਦਿੱਤੇ ਨੇ ਇਹੀ ਚਾਰ ਚਾਰ ਸੌ ਦਾ ਡੱਬਾ ਦਿੱਤਾ ਉਹਨੇ ਇਹ ਚੱਲਣਾ ਇੱਕ 45 ਸਕਿੰਟ ਲਈ ਇੱਕ ਨਾਰ ਚੱਲਣਾ ਇਹ ਅਤੇ ਆਹ ਫੁੱਲ ਝੜੀਆਂ ਲਿਆਇਆ ਇਹ ਆਇਆ 300 ਦਾ ਬਾਕੀ ਹਜੇ ਹੋਰ ਵੀ ਲੈਣੇ ਨੇ ਪਟਾਕੇ ਠੀਕ ਆ ਇੱਕ ਨਾਰਾਂ ਲਈ ਮੌਲ ਤੋਂ ਇਹ ਸੂਟ ਲੈ ਕੇ ਆਏ ਹਾਂ ਦੇਖੋ ਅਤੇ ਬੂਟ ਤੁਸੀਂ ਦੇਖ ਲਿਓ ਹੋਣੇ ਆ ਠੀਕ ਆ ਜੀ ਠੀਕ ਆ ਨਾ ਯੈਸ ਗਾਈਜ਼